ਸਾਡੇ ਨਾਲ ਭੱਲਾ ਜੀ ਜੁੜ ਚੁੱਕੇ ਆ ਜੋ ਚੇਅਰਮੈਨ ਬਹਿੰਡਾ ਨੇ ਆਏ ਹੋ ਅੱਜ ਤੁਹਾਡੇ ਨਾਲ ਪਹਿਲੀ ਵਾਰ ਮੁਲਾਕਾਤ ਹੋਣ ਲੱਗੀ ਹੈ ਚੇਅਰਮੈਨ ਨੂੰ ਬਹੁਤ ਬਹੁਤ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਉਸ ਤੋਂ ਬਾਅਦ ਜਿਹੜਾ ਅੱਜ ਮੇਲੇ ਤੇ ਆਏ ਹੋ ਕੀ ਕਹਿਣਾ ਤੁਹਾਨੂੰ ਉੱਠਾ ਨੂੰ ਨਗਰ ਦੇ ਵਿੱਚ ਸੰਸਵਰ ਦਾ ਗੁਜਾਰ ਦਾ ਯਾਦ ਦੇ ਵਿੱਚ ਇਹ ਸਲਾਨਾ ਮੇਲਾ ਹੁੰਦਾ ਪ੍ਰਾਤਨ ਮੇਲਾ ਸਾਂਝਾ ਸਾਡੇ ਗੁਰੂਆਂ ਨੂੰ ਹੈ ਸਾਡਾ ਸੱਭਿਆਚਾਰ ਹੈ ਔਰ ਅੱਜ ਤੋਂ 50 ਸਾਲ ਪਹਿਲਾਂ 60 ਸਾਲ ਪਹਿਲਾਂ 70 ਸਾਲ ਪਹਿਲਾਂ ਇਸ ਮੇਲੇ ਦੀ ਜਿੱਥੇ ਸ਼ਰਧਾ ਸੀ ਉੱਥੇ ਲੋਕਾਂ ਨੂੰ ਬੜਾ ਚਾਅ ਵੀ ਹੁੰਦਾ ਸੀਗਾ ਵੀ ਕੋਠਾ ਗੁਰੂ ਦਾ ਮੇਲਾ ਆਉਣ ਵਾਲਾ ਸਾਰੇ ਪੰਜਾਬ ਦੇ ਵਿੱਚੋਂ ਸੰਗਤ ਇੱਥੇ ਆਉਂਦੀਆਂ ਸੀ ਰਿਸ਼ਤੇਦਾਰ ਦੋਸਤ ਮਿੱਤਰ ਪੰਜ ਪੰਜ ਦਿਨ ਆਕੇ ਘਰੇ ਰਹਿੰਦੇ ਸੀ ਤੇ ਹੁਣ ਸਾਰਾ ਬਦਲ ਗਿਆ ਪਰ ਸਮਾਂ ਬਦਲਣ ਦੇ ਨਾਲ ਨਾਲ ਜਿਹੜੀ ਲੋਕਾਂ ਦੀ ਸ਼ਰਧਾ ਹੈ ਉਹ ਉਸੇ ਤਰ੍ਹਾਂ ਬਰਕਰਾਰ ਹੈ ਸੋ ਬੀਬੀਆਂ ਦਾ ਇੱਕ ਦਿਨ ਲਾਸਟ ਕੱਲ੍ਹ ਨੂੰ ਬੀਬੀਆਂ ਦਾ ਮੇਲਾ ਲਾਸਟ ਹੁੰਦਾ ਬਾਕੀ ਚਾਰ ਦਿਨ ਬੰਦਿਆਂ ਦਾ ਮੇਲਾ ਹੁੰਦਾ ਹੈ ਰਾਗੀ ਢਾਡੀ ਕਮਿਸ਼ਰ ਇੱਥੇ ਲੋਕਾਂ ਦਾ ਮਨੋਰੰਜਨ ਕਰਦੇ ਆ ਮਤਲਬ ਉਹਨਾਂ ਨੂੰ ਚੰਗੀ ਸੇਧ ਦਿੱਤੀ ਜਾਂਦੀ ਹੈ ਲੱਚਰਤਾ ਤੋਂ ਪਾਸੇ ਹਟ ਕੇ ਔਰ ਲੋਕ ਬੜਾ ਆਨੰਦ ਮਾਣਦੇ ਆ ਅੱਜ ਕੱਲ੍ਹ ਤਾਂ ਜਿਹੜੀ ਢਾਡੀ ਕਲਾ ਕਮਿਸ਼ਰੀ ਕਲਾ ਲਵੋਜੇ ਇਹ ਜਿਹੜੀਆਂ ਕਲਾਵਾਂ ਲੋਪ ਹੋ ਰਹੀਆਂ ਪਰ ਇਸ ਮੇਲੇ 'ਤੇ ਇਹ ਜੋ ਸਾਡੇ ਸਾਹਿਤ ਦੇ ਰੰਗ ਆ ਕਲਾ ਦੇ ਰੰਗ ਹੈ ਉਹ ਵੀ ਦੇਖਣ ਨੂੰ ਮਿਲਦੇ ਆ ਸੋ ਪ੍ਰਾਤਨ ਮੇਲਾ ਆਧੁਨਿਕ ਸਮੇਂ ਦੇ ਵਿੱਚ ਕੋਠਾ ਗੁਰੂ ਇਸ ਧਰਤੀ 'ਤੇ ਲੱਗਦਾ ਹੈ ਕੋਠਾ ਗੁਰੂ ਨਗਰ ਗੁਰੂਆਂ ਸੰਤਾਂ ਪੀਰਾਂ ਪੈਗੰਬਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸਾਰੇ ਪਿੰਡ ਦੇ ਲੋਕਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ ਸਤਿਕਾਰ ਹੈ ਇਹ ਮੇਲਾ ਪਾਰਟੀ ਵਾਈ ਤੋਂ ਉੱਠ ਕੇ ਮਨਾਇਆ ਜਾਂਦਾ ਹੈ ਸਾਰੇ ਤਬਕਿਆਂ ਦੇ ਲੋਕ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਇੱਥੇ ਮੱਥਾ ਟੇਕਦੇ ਨਤਮਸਤਕ ਹੁੰਦੇ ਆ ਸਾਰਿਆਂ ਦੀ ਮਨੋਕਾਮਨਾ ਇੱਥੇ ਪੂਰੀ ਹੁੰਦੀ ਹੈ ਸੋ ਇਸ ਕਰਕੇ ਅਸੀਂ ਕਾਮਨਾ ਕਰਦੇ ਹਾਂ ਕਿ ਸਾਡੇ ਨਗਰ ਦਾ ਜੋ ਭਾਈਚਾਰਾ ਪਿਆਰ ਸਤਿਕਾਰ ਇਸੇ ਤਰ੍ਹਾਂ ਬਣਿਆ ਰਹੇ ਸਾਰੇ ਜਣੇ ਖੁਸ਼ੀ ਖੁਸ਼ੀ ਜੋ ਪਿੰਡ ਦੇ ਸਾਂਝੇ ਸਮਾਗਮ ਹੈ ਉਸ ਦੇ ਵਿੱਚ ਹਿੱਸਾ ਪਾਉਂਦੇ ਰਹਿਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸੀ ਕੇ ਪੰਜਾਬ ਯੂਟਿਊਬ ਚੈਨਲ ਜੋ ਕਿ ਸਾਡੇ ਕੋਠਾ ਗੁਰੂ ਪਿੰਡ ਦੇ ਨੌਜਵਾਨ ਦਰਵਿੰਦਰ ਸਿੰਘ ਸਾਡੇ ਮੈਂਬਰ ਪੰਚਾਇਤ ਹੁੰਦੇ ਸੀ ਹਰਨੇਕ ਸਿੰਘ ਜਿਨ੍ਹਾਂ ਦੀ ਛੋਟਕ ਘਟਨਾ ਦੇ ਵਿੱਚ ਸਾਨੂੰ ਸ੍ਰੀ ਅਵ ਛੋਟਾ ਦੇ ਗਏ ਸਨ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਜਿੱਥੇ ਇਹ ਚੈਨਲ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਵੇ ਉੱਥੇ ਸਾਡੇ ਇਸ ਨੌਜਵਾਨ ਨੂੰ ਵੀ ਜੋ ਪੱਤਰਕਾਰੀ ਦੇ ਖੇਤਰ ਵਿੱਚ ਇਹ ਤਰੱਕੀ ਕਰੇ ਇਹ ਸਾਰਿਆਂ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਧੰਨਵਾਦ ਜੀ।